ਦੋਸਤੋ, ਮੈਂ ਅੱਜ ਤੁਹਾਡੇ ਨਾਲ ਕਾਫੀ ਸਮੇਂ ਤੋਂ ਬਾਅਦ ਗੱਲਬਾਤ ਕਰਨ ਜਾ ਰਿਹਾ ਹਾਂ ਔਰ ਉਹਦਾ ਸਾਦਾ ਜਿਹਾ ਕਾਰਨ ਸੀਗਾ ਕਿ ਸਾਡੇ ਘਰੇਲੂ ਰੁਝੇਵੇਂ ਸੀਗੇ ਔਰ 3 ਮਹੀਨੇ ਮੈਂ ਵੀ ਸੋਚਿਆ ਕਿ ਥੋੜ੍ਹਾ ਜਿਹਾ ਸਾਹ ਲੈਣਾ ਚਾਹੀਦਾ ਵਾ, ਕਿਉਂਕਿ ਮੈਂ ਨਿਰੰਤਰ 2 ਦਹਾਕੇ ਤੋਂ ਪੰਜਾਬ ਦੇ ਜਿਹੜੇ ਵੀ ਪੱਕਦੇ ਮਸਲੇ ਸੀਗੇ, ਚਾਹੇ ਮੈਂ ਪਹਿਲਾਂ ਕਾਂਗਰਸ ਸੀਗਾ ਜਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸੀ, ਮੈਂ ਲਗਾਤਾਰ ਉਹਨਾਂ 'ਤੇ ਹਮੇਸ਼ਾ ਆਪਣਾ ਪੱਖ ਵੀ ਰੱਖਿਆ ਔਰ ਗਲਤ ਗੱਲਾਂ ਦਾ ਡੱਟ ਕੇ ਵਿਰੋਧ ਕੀਤਾ। ਉਹਦੇ ਨਤੀਜੇ ਚਾਹੇ ਕੁਛ ਹੋਣ, ਉਸ 'ਤੇ ਨਹੀਂ ਮੈਂ ਜਾਣਾ ਚਾਹੁੰਦਾ, ਲੇਕਿਨ ਮੈਂ ਸੋਚਿਆ ਕਿ ਥੋੜ੍ਹਾ ਜਿਹਾ 3 ਮਹੀਨੇ ਇੰਟਰੋਸਪੈਕਸ਼ਨ ਕਰਕੇ, ਸਾਰਾ ਸੋਚ ਵਿਚਾਰ ਕੇ ਆਉਣ ਵਾਲੇ ਸਮੇਂ ਦੀ ਕੋਈ ਅੱਛੀ ਰਣਨੀਤੀ ਬਣਾਈ ਜਾਵੇ। ਅੱਜ ਮੈਂ ਤੁਹਾਡੇ ਨਾਲ 3 ਅਹਿਮ ਇਸ਼ੂਜ਼ ਜਿਹੜੇ ਪੰਜਾਬ ਨਾਲ ਤੁਲਕ ਰੱਖਦੇ ਨੇ, ਜਿਹੜੇ ਤਾਜ਼ੇ ਇਸ਼ੂਜ਼ ਨੇ, ਉਹਦੇ ਨਾਲ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਜਿਹੜਾ ਕੱਲ੍ਹ ਪੰਜਾਬ ਦੀ ਵਿਧਾਨ ਸਭਾ 'ਚ CAA ਨਾਗਰਿਕਤਾ ਦੇ ਬਿੱਲ 'ਤੇ ਜਿਹੜਾ ਮਤਾ ਪਾਸ ਕੀਤਾ ਗਿਆ, ਉਸ ਮਤੇ ਦੀ ਮੈਂ ਸਪੋਰਟ ਕਰਦਾ, ਕਿਉਂਕਿ ਜਿਹੜਾ CAA ਕਾਨੂੰਨ ਬਣਾਇਆ ਮੋਦੀ ਸਾਹਿਬ ਦੀ ਸਰਕਾਰ ਨੇ, ਉਹ ਬੇਸਿਕਲੀ ਡਿਵਿਸਿਵ ਇਨ ਨੇਚਰ ਹੈ। ਉਹ ਲੋਕਾਂ ਨੂੰ ਧਰਮ ਦੇ ਆਧਾਰ ਦੇ ਉੱਤੇ ਵੰਡਦਾ ਵਾ। ਵੋਟਾਂ ਲੈਣ ਵਾਸਤੇ BJP ਨੂੰ ਸ਼ਾਇਦ ਇਸ ਦਾ ਫਾਇਦਾ ਹੁੰਦਾ ਹੋਵੇ, ਲੇਕਿਨ ਕੁੱਲ ਮਿਲਾ ਕੇ ਦੇਸ਼ ਦਾ ਵਾਤਾਵਰਨ ਖਰਾਬ ਹੋਇਆ। ਇੱਥੋਂ ਤੱਕ ਖਰਾਬ ਹੋਇਆ ਕਿ ਸਟੂਡੈਂਟਸ ਜਿਹੜੇ ਨੇ, ਜਿਹੜੇ ਪੜ੍ਹਦੇ ਨੇ ਯੂਨੀਵਰਸਿਟੀਆਂ ਦੇ ਵਿੱਚ, ਕਾਲਜਸ ਦੇ ਵਿੱਚ, ਹਾਰ ਕੇ ਉਹਨਾਂ ਨੂੰ ਸੜਕਾਂ ਦੇ ਉੱਤੇ ਆਉਣਾ ਪਿਆ, ਉਹਨਾਂ ਨੂੰ ਐਜੂਕੇਟ ਕਰਨਾ ਪਿਆ ਔਰ ਉਹਨਾਂ ਨੂੰ ਆਪਣਾ ਜਿਹੜਾ ਸੀਗਾ ਰੋਸ ਜ਼ਾਹਰ ਕਰਨਾ ਪਿਆ। ਓਪੋਜੀਸ਼ਨ ਜਿਹੜੀ ਇਸ ਦੇਸ਼ ਦੀ ਸੀਗੀ, ਉਹ ਇੰਨੀ ਯੂਨਾਈਟ ਹੋ ਕੇ ਇਹਨੂੰ ਅਪੋਜ਼ ਨਹੀਂ ਕਰ ਸਕੀ ਜਿੰਨਾ ਇਕੱਲੇ ਸਟੂਡੈਂਟਸ ਨੇ ਇਸ ਨੂੰ ਅਪੋਜ਼ ਕੀਤਾ। ਔਰ ਇਹਦਾ ਮਤਲਬ ਇਹ ਆ ਕਿ ਜਦੋਂ ਆਵਾਜ਼ ਬੱਚਿਆਂ ਤੱਕ ਪਹੁੰਚ ਜਾਵੇ ਤਾਂ ਸਰਕਾਰਾਂ ਨੂੰ ਇਹਦੇ 'ਤੇ ਜ਼ਰੂਰ ਮੁੜ ਵਿਚਾਰ ਕਰਨਾ ਚਾਹੀਦਾ। ਵਿਚਾਰ ਤਾਂ ਕੀ ਕਰਨਾ ਸੀਗਾ, ਉਲਟਾ JNU ਦੇ ਵਿੱਚ ਜੋ ਕੁਛ ਵਾਪਰਿਆ ਪਿਛਲੇ ਦਿਨਾਂ ਵਿੱਚ ਬਹੁਤ ਮਾੜਾ ਸੀਗਾ, ਜਿਸ ਢੰਗ ਦੇ ਨਾਲ ਮਾਸਕ ਮੂੰਹ ਢੱਕ ਕੇ ਗੁੰਡਿਆਂ ਨੇ ਬਦਮਾਸ਼ੀ ਕੀਤੀ ਆਣ ਕੇ ਯੂਨੀਵਰਸਿਟੀ ਕੈਂਪਸ ਵਿੱਚ, ਬਿਲਕੁਲ ਪੁਲਿਸ ਦੇ ਨੱਕ ਦੇ ਥੱਲੇ, ਦੈਟ ਇਜ਼ ਟੋਟਲੀ ਅਨਐਕਸੈਪਟੇਬਲ। ਔਰ ਉਲਟਾ ਉਹਨਾਂ 'ਤੇ ਪਰਚਾ ਕੀ ਦਰਜ ਕਰਨਾ ਸੀਗਾ, ਸ਼ਾਇਦ ਅਤਿਸ਼ੀ ਗੋਸ਼, ਆਈ ਐਮ ਫੋਰਗੈਟਿੰਗ ਅ ਨੇਮ, ਆਇਸ਼ੀ ਗੋਸ਼ ਜਿਹੜੀ ਸਟੂਡੈਂਟ ਲੀਡਰ ਸੀ, ਉਹਦੇ 'ਤੇ ਉਲਟਾ FIR ਦਰਜ ਕਰਤੀ। ਦਿਸ ਇਜ਼ ਵੈਰੀ ਬੈਡ। ਔਰ ਮੈਂ ਸਮਝਦਾ ਕਿ ਡੈਮੋਕ੍ਰੇਸੀ ਦਾ ਮਤਲਬ ਕੀ, ਸਾਦਾ ਜਿਹਾ ਮਤਲਬ ਇਹ ਆ ਕਿ ਲੋਕਾਂ ਦੀ ਇੱਛਾ ਅਨੁਸਾਰ ਸਰਕਾਰ ਨੂੰ ਆਪਣਾ ਕੰਮ ਕਰਨਾ ਚਾਹੀਦਾ। ਲੇਕਿਨ ਇੰਨੀ ਐਜੂਟੇਸ਼ਨ ਦੇ ਬਾਵਜੂਦ ਦਿੱਲੀ ਤਸ ਤੋਂ ਮਸ ਨਹੀਂ ਹੋਈ ਸਰਕਾਰ, ਹਾਲਾਂਕਿ ਕੇਰਲਾ ਸਰਕਾਰ ਨੇ ਇੱਕ ਕਦਮ ਅੱਗੇ ਜਾ ਕੇ ਉਸਨੂੰ ਸੁਪਰੀਮ ਕੋਰਟ ਦੇ ਵਿੱਚ, ਕੇਰਲਾ ਗਵਰਨਮੈਂਟ ਨੇ ਚੁਣੌਤੀ ਦਿੱਤੀ ਹੈ CAA ਦੇ ਬੈਡ ਲਾਅ ਨੂੰ। ਪੰਜਾਬ ਸਰਕਾਰ ਨੇ ਕੱਲ੍ਹ ਜਿਹੜਾ ਪੰਜਾਬ ਦੀ ਗਵਰਨਮੈਂਟ ਨੇ ਵਿਧਾਨ ਸਭਾ 'ਚ ਰੈਜੋਲੂਸ਼ਨ ਕੀਤਾ ਵਾ, ਇਟਸ ਅ ਗੁੱਡ ਸਟੈਪ। ਔਰ ਜੇ ਲੋੜ ਪਵੇ ਤਾਂ ਪੰਜਾਬ ਸਰਕਾਰ ਨੂੰ ਵੀ ਸੁਪਰੀਮ ਕੋਰਟ ਦੇ ਵਿੱਚ ਜਾਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ, ਤਾਂ ਕਿ ਇਸ ਦਾ ਹੋਰ ਜਿਹੜਾ ਹੈਗਾ ਅੱਛੇ ਢੰਗ ਦੇ ਨਾਲ ਕਾਨੂੰਨੀ ਤੌਰ 'ਤੇ ਵਿਰੋਧ ਕੀਤਾ ਜਾਵੇ। ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਠੀਕ ਕਦਮ ਚੱਕਿਆ, ਉਸਨੂੰ ਮੈਂ ਸਹੀ ਕਿਹਾ ਵਾ। ਨਾਲ ਹੀ ਦੂਜੇ ਪਾਸੇ ਜਿਹੜਾ ਕੱਲ੍ਹ ਫੈਸਲਾ ਆਇਆ, ਜਿਹੜਾ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ, ਜਿਹਨੂੰ ਆਪਾਂ ਛੋਟੇ ਸ਼ਬਦਾਂ 'ਚ ਕੈਟ ਕਹਿ ਦਿੰਦੇ ਹਾਂ, ਕੱਲ੍ਹ ਕੈਟ ਨੇ ਡਿਸਾਈਡ ਕੀਤਾ ਵਾ ਕਿ ਜਿਹੜਾ DGP ਪੰਜਾਬ ਦਾ ਲਾਇਆ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿਛਲੇ ਸਾਲ, ਦਿਨਕਰ ਗੁਪਤਾ, ਉਹਦੀ ਅਪੁਆਇੰਟਮੈਂਟ ਰੱਦ ਕਰਤੀ ਉਹਨਾਂ ਨੇ। ਸਾਦੀਆਂ ਜਿਹੀਆਂ ਗੱਲਾਂ ਉਹਨਾਂ ਨੇ ਕਹੀਆਂ ਕੈਟ ਨੇ ਕਿ ਇਹ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਦੇ ਉਲਟ ਜਾਂਦਾ, ਜੋ ਪ੍ਰੋਸੈਸ ਇੰਪੈਨਲਮੈਂਟ ਦਾ ਬਣਾਇਆ ਹੋਣਾ ਬਣਾਉਣਾ ਸੀ ਔਰ ਜੋ ਸੀਨੀਓਰਿਟੀ ਨੂੰ ਕੰਸਿਡਰ ਕੀਤਾ ਜਾਣਾ ਚਾਹੀਦਾ ਸੀਗਾ, ਉਸ ਵਕਤ ਪੰਜਾਬ ਸਰਕਾਰ ਨੇ ਕੀਤਾ ਨਹੀਂ। 5 ਸੀਨੀਅਰ ਅਫਸਰਸ ਜਿਨ੍ਹਾਂ ਦੇ ਨਾਮ ਮੈਨੂੰ ਇੱਕਦਮ ਤੁਰੰਤ ਚੇਤੇ ਆਉਂਦੇ ਨੇ, ਮਿਸਟਰ ਚੱਟੋਪਾਟੀਆ, ਮੁਹੰਮਦ ਮੁਸਤਫਾ, ਜਸਵਿੰਦਰ ਸਿੰਘ ਆਦਿ ਦੋ ਹੋਰ, 5 ਸੀਨੀਅਰ ਅਫਸਰਸ ਨੂੰ ਸੁਪਰਸੀਡ ਕਰਕੇ ਅਤੇ ਦਿਨਕਰ ਗੁਪਤਾ ਨੂੰ ਇੱਕ ਜੂਨੀਅਰ ਅਫਸਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਹੈਂਡਪਿਕ ਕਰਕੇ DGP ਲਾਇਆ ਔਰ ਜਿਹੜੀਆਂ ਉਹਦੀਆਂ ਰੂਲਸ ਅਤੇ ਰੈਗੂਲੇਸ਼ਨਸ ਉਹਨਾਂ ਨੂੰ ਫਲਾਊਟ ਕੀਤਾ। ਨਤੀਜਾ ਇਹ ਹੋਇਆ ਕਿ ਕੈਟ ਨੇ, ਜਿਹੜੀ ਕਿ ਇੱਕ ਅਦਾਲਤ ਆ, ਉਸਨੇ ਦਿਨਕਰ ਗੁਪਤਾ ਦੀ ਅਪੁਆਇੰਟਮੈਂਟ ਨੂੰ ਰੱਦ ਕਰ ਦਿੱਤਾ। ਜਦੋਂ ਤੁਸੀਂ ਕਿਸੇ ਅਫਸਰ ਨੂੰ ਅਨਫੇਅਰਲੀ ਲਾ ਰਹੇ ਹੋ,
ਉਹਨੂੰ ਪਤਾ ਵਾ ਕਿ ਮੈਨੂੰ ਮੈਨੂੰ ਮੇਰੀ ਅਪੁਆਇੰਟਮੈਂਟ ਪੱਕ ਪਾਤੀ ਹੈ ਔਰ ਮੇਰੀ ਅਪੁਆਇੰਟਮੈਂਟ ਪੋਲੀਟੀਕਲੀ ਮੋਟੀਵੇਟਡ ਆ, ਤਾਂ ਫਿਰ ਉਹ ਅਫਸਰ ਇਮਪਾਰਸ਼ਲੀ ਜਾਂ ਇਨਸਾਫ ਪਸੰਦੀ ਨਾਲ ਕੰਮ ਕਿਉਂ ਕਰੂਗਾ? ਫਿਰ ਤਾਂ ਤੁਹਾਡਾ ਹੀ ਆਖਾ ਮੰਨੂਗਾ। ਇਸ ਲਈ ਜਿੱਥੇ ਅਮਰਿੰਦਰ ਸਿੰਘ ਨੇ ਇੱਕ ਕੰਮ ਅੱਛਾ ਕੀਤਾ ਵਾ, CAA ਨੂੰ ਅਪੋਜ਼ ਕੀਤਾ, ਉਹਨਾਂ ਦਾ ਨੈਤਿਕ ਫਰਜ਼ ਆ ਕਿ ਕੈਟ ਦੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਹਨਾਂ ਨੂੰ ਤੁਰੰਤ ਸੀਨੀਅਰ ਮੋਸਟ ਪੁਲਿਸ ਅਫਸਰ ਜਿਹੜਾ IPS ਹੈ ਉਸ ਨੂੰ ਪੰਜਾਬ ਦਾ DGP ਨਿਯੁਕਤ ਕਰਨਾ ਚਾਹੀਦਾ। ਇਹ ਅੱਜ ਦਾ ਮੇਰਾ ਦੂਸਰਾ ਮਸਲਾ ਸੀਗਾ ਜਿਹੜਾ ਮੈਂ ਤੁਹਾਡੇ ਪੱਖ ਰੱਖਣਾ ਚਾਹੁੰਦਾ ਸੀਗਾ। ਔਰ ਮੈਂ ਉਮੀਦ ਕਰਦਾ ਵਾਂ ਕਿ ਪੰਜਾਬ ਸਰਕਾਰ ਜਿੱਦ ਨਹੀਂ ਕਰੇਗੀ, ਹਾਈਕੋਰਟ ਨਹੀਂ ਜਾਏਗੀ, ਇਸ ਦਾ ਵਿਰੋਧ ਨਹੀਂ ਕਰੇਗੀ, ਸਗੋਂ ਰੂਲਸ ਅਤੇ ਰੈਗੂਲੇਸ਼ਨਸ ਨੂੰ ਫੋਲੋ ਕਰਦੇ ਹੋਏ ਕੋਨਸਟੀਟਿਊਸ਼ਨ ਦਾ ਕੋਨਸਟੀਟਿਊਸ਼ਨ ਦਾ ਰੂਲ ਬਹਾਲ ਪੰਜਾਬ ਦੇ ਵਿੱਚ ਕਰਨ ਦਾ ਉਪਰਾਲਾ ਕਰਨਗੇ ਅਮਰਿੰਦਰ ਸਿੰਘ। ਤੀਸਰਾ ਮਸਲਾ ਜਿਹੜਾ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ ਕੰਪਲੈਕਸ ਹੈਰੀਟੇਜ ਸਟਰੀਟ ਹੈ ਉਹਦੇ 'ਤੇ ਜਿਹੜੇ ਸਟੈਚੂਸ ਲਾਏ ਸੀ, ਜਿਹੜੇ ਬੁੱਤ ਲਾਏ ਸੀਗੇ, ਉਹਦੇ ਬਾਰੇ ਨੌਜਵਾਨਾਂ ਨੇ ਜਾ ਕੇ ਔਰ ਕੁਛ ਸਿੱਖ ਜਿਹੜੇ ਚਿੰਤਿਤ ਲੋਕ ਸੀਗੇ ਉਹਨਾਂ ਨੇ ਇਸ ਨੂੰ ਬੁਰਾ ਮਨਾਇਆ ਕਿ ਇਹ ਜਿਹੜਾ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਬਾਹਰ ਹੈਰੀਟੇਜ ਸਟਰੀਟ ਆ, ਵਿਸ਼ਵ ਭਰ 'ਚੋਂ ਇੱਥੇ ਟੂਰਿਸਟ ਆਉਂਦੇ ਨੇ ਔਰ ਆਪਣੀ ਭਾਵਨਾਵਾਂ ਲੈ ਕੇ ਦਰਬਾਰ ਸਾਹਿਬ ਮੱਥਾ ਟੇਕਦੇ ਨੇ, ਉੱਥੇ ਭੰਗੜੇ ਦੇ ਜਾਂ ਗਿੱਧੇ ਦੀ ਸਟੈਚੂ ਲਾਉਣ ਦੀ ਬਜਾਏ ਅਗਰ ਉੱਥੇ ਜਿਹਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਆਪਣੇ ਸੂਬੇ ਲਈ, ਆਪਣੀ ਕੌਮ ਵਾਸਤੇ, ਆਪਣੇ ਇਤਿਹਾਸ ਵਿੱਚ ਬਹੁਤ ਸਾਰੇ ਬਹਾਦਰ ਲੋਕ ਨੇ, ਭਾਈ ਜੈਤਾ ਜੀ ਦਾ ਨਾਮ ਆਉਂਦਾ ਵਾ ਜਾਂ ਔਰਤਾਂ ਵਿੱਚੋਂ ਮਾਈ ਭਾਗੋ ਜੀ ਦਾ ਨਾਮ ਆਉਂਦਾ, ਜਿਹਨਾਂ ਨੇ ਮਨੁੱਖਤਾ ਲਈ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਅਗਰ ਫਰਜ਼ ਕਰੋ ਉਹਨਾਂ ਦੇ ਸਟੈਚੂਜ਼ ਲੱਗੇ ਹੁੰਦੇ ਤਾਂ ਇਟ ਬਿਕਮਸ ਅ ਸੋਰਸ ਆਫ ਇੰਸਪੀਰੇਸ਼ਨ ਫੋਰ ਵਿਜ਼ਿਟਰਸ, ਫੋਰ ਦਾ ਯੂਥ, ਫੋਰ ਪੀਪਲ ਐਟ ਲਾਰਜ। ਲੇਕਿਨ ਗਵਰਨਮੈਂਟ ਨੇ ਜਾਂ ਮਿਊਂਸੀਪਲ ਕਾਰਪੋਰੇਸ਼ਨ ਨੇ, SGPC ਨੇ ਉਹ ਜਿਹੜੇ ਬੁੱਤ ਲਾਏ ਸੀ ਤਾਂ ਪਿਛਲੇ ਕੁਛ ਦਿਨਾਂ 'ਚ ਕੁਛ ਲੋਕਾਂ ਨੇ ਪਹਿਲਾਂ ਤਾਂ ਮੰਗ ਕੀਤੀ, ਜਦੋਂ ਨਹੀਂ ਮੰਗ ਪੂਰੀ ਹੁੰਦੀ ਤਾਂ ਉਹਨਾਂ ਨੇ ਜਾ ਕੇ ਉਹਨਾਂ ਦੇ ਬੁੱਤਾਂ ਦੇ ਪਲੈਟਫਾਰਮ ਨੂੰ ਥੋੜ੍ਹਾ ਜਿਹਾ ਡੈਮੇਜ ਕੀਤਾ। ਪੰਜਾਬ ਸਰਕਾਰ ਨੇ ਜਾਂ ਅੰਮ੍ਰਿਤਸਰ ਪੁਲਿਸ ਨੇ 307 ਦੇ ਪਰਚੇ ਦਰਜ ਕਰਤੇ 7-8 ਨੌਜਵਾਨਾਂ ਦੇ ਉੱਤੇ, ਫੜ ਕੇ ਅੰਦਰ ਦੇ ਦਿੱਤੇ। ਇੱਕ ਸ਼ਾਇਦ ਕੱਲ੍ਹ ਨੌਜਵਾਨ DGP ਦੇ ਪੇਸ਼ ਹੋਇਆ। ਬਹਿਬਲ ਕਲਾਂ ਦੇ ਵਿੱਚ 2015 'ਚ ਗੋਲੀ ਚੱਲੀ ਸੀਗੀ, ਦੋ ਸਿੱਖ ਨੌਜਵਾਨ ਮਾਰੇ ਗਏ, ਪੁਲਿਸ ਦੀ ਯੂਨੀਫਾਰਮ ਲੋਕਾਂ ਨੇ ਉੱਥੇ ਗੋਲੀ ਚਲਾਈ ਸੀ, ਉਹਦਾ ਤਾਂ ਅੱਜ ਤੱਕ ਕਿਸੇ ਨੇ FIR ਨਹੀਂ ਦਰਜ ਕੀਤੀ। ਉਹਦੇ 'ਤੇ ਕਿੰਨਾ ਵਿਵਾਦ ਉੱਠਿਆ, ਜਸਟਿਸ ਰਣਜੀਤ ਸਿੰਘ ਕਮਿਸ਼ਨ ਬੈਠਿਆ, ਕਿੰਨੀਆਂ ਰਿਕਮੈਂਡੇਸ਼ਨਸ ਆਈਆਂ, ਇੱਕ ਪਹਿਲਾਂ ਵੀ ਕਮਿਸ਼ਨ ਬਣਾਇਆ ਗਿਆ ਸੀਗਾ, ਉਹ FIR ਦਰਜ ਕਰਨ ਤੋਂ ਤਾਂ ਬੜਾ ਗੁਰੇਜ਼ ਕਰਦੀ ਸੀ ਪੰਜਾਬ ਸਰਕਾਰ। ਲੇਕਿਨ ਇੱਥੇ ਮਹਿਜ਼ ਇੱਕ ਪਲੈਟਫਾਰਮ ਦੀ ਭੰਨਤੋੜ ਹੋਈ ਆ, ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ 307 ਦਾ ਪਰਚਾ ਦਰਜ ਜਿਹੜਾ ਕੀਤਾ ਉਹ ਮੈਂ ਸਮਝਦਾ ਗਲਤ ਹੈ। ਉਹਨਾਂ ਨੌਜਵਾਨਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਵਾ ਔਰ ਪੰਜਾਬ ਸਰਕਾਰ ਪੋਪੂਲਰ ਸੈਂਟੀਮੈਂਟ ਨੂੰ ਮੰਨਦੇ ਹੋਏ ਇਹਨਾਂ ਸਟੈਚੂਜ਼ ਨੂੰ ਕਿਸੇ ਐਮੀਨੈਂਟ ਪਰਸਨੈਲਿਟੀਜ਼, ਜਿਹਨਾਂ ਲੋਕਾਂ ਨੇ ਇਸ ਜੱਦੋਜਹਿਦ ਕੀਤੀ, ਜਿਹਨਾਂ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਦੇ ਅਗਰ ਤੁਸੀਂ ਲਾਓਗੇ ਤਾਂ ਜਦੋਂ ਲੋਕ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ, ਉਹਨਾਂ ਦੀ ਰਾਹ ਦੇ ਵਿੱਚ ਜਦੋਂ ਦੇਖਣਗੇ ਉਹਨਾਂ ਦੇ ਚਿੰਨ੍ਹ, ਉਹਨਾਂ ਦੀਆਂ ਨਿਸ਼ਾਨੀਆਂ, ਤਾਂ ਕਿਤੇ ਨਾ ਕਿਤੇ ਆਪਣੇ ਮਨ ਵਿੱਚ ਉਹਨਾਂ ਉਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਸਤੇ ਉਹ ਪ੍ਰੇਰਿਤ ਹੋਣਗੇ। ਸੋ ਬਿਕਮਸ ਅ ਸੋਰਸ ਆਫ ਇੰਸਪੀਰੇਸ਼ਨ। ਬਹੁਤ ਸਾਰੀਆਂ ਹੋਰ ਗੱਲਾਂ ਨੇ, ਲੇਕਿਨ ਕਿਉਂਕਿ ਆਪ ਕਾਫੀ ਦੇਰ ਸਮੇਂ ਬਾਅਦ ਮਿਲੇ ਹਾਂ, ਤਾਂ ਮੈਂ ਹੁਣ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਮੈਂ ਕੋਸ਼ਿਸ਼ ਕਰੂੰਗਾ ਕਿ ਰੀਜ਼ਨੇਬਲ ਐਕਟੀਵਿਟੀ ਔਰ ਨਾਲ ਕੁਛ ਜਿਹੜਾ ਅਰਸੇ ਤੋਂ ਪੰਜਾਬ ਦੇ ਲੋਕਾਂ ਦੀ ਮੰਗ ਤੁਰੀ ਆਉਂਦੀ ਕਿ ਕੋਈ ਅੱਛਾ ਬਦਲ ਪੈਦਾ ਹੋਣਾ ਚਾਹੀਦਾ ਪੰਜਾਬ ਦਾ। ਮੈਂ ਪਹਿਲਾਂ ਵੀ ਤਨਦੇਹੀ ਦੇ ਨਾਲ, ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਸੀ, ਕੋਈ ਬੇਈਮਾਨੀ ਨਹੀਂ ਸੀ ਦਿਲ 'ਚ। ਮੈਂ ਆਪਣਾ ਜੋ ਕੁਛ ਵੀ ਕੀਤਾ ਪਿਛਲੇ ਕੁਛ ਸਮੇਂ ਤੋਂ ਆਪਣੇ ਬਿਲਕੁਲ ਓਨੈਸਟਲੀ ਕੀਤਾ। ਹੋ ਸਕਦਾ ਸਾਡੀ ਕਿਸੇ ਪਲੈਨਿੰਗ ਵਿੱਚ ਕੋਈ ਘਾਟ ਹੋ ਸਕਦੀ, ਇਟ ਕੈਨ ਬੀ ਲਾਈਕ ਅ ਪਲੈਨਿੰਗ ਐਰਰ, ਬਟ ਇਹ ਕਦੀ ਤੁਸੀਂ ਮਤ ਆਪਣੇ ਖਿਆਲ 'ਚ ਲੈ ਕੇ ਆਉਣਾ ਕਿ ਮੈਂ ਆਪਣੇ ਲੋਕਾਂ ਪ੍ਰਤੀ ਜਾਂ ਆਪਣੇ ਸੂਬੇ ਦੇ ਪ੍ਰਤੀ ਕੋਈ ਬੇਈਮਾਨੀ ਜਾਂ ਇਲ ਵਿਲ ਰੱਖਦਾ। ਮੈਂ ਕਿਸੇ ਨਾਲ ਕਦੀ ਕੋਈ ਧੋਖਾਧੜੀ ਜਾਂ ਗਲਤ ਕੰਮ ਨਹੀਂ ਕੀਤਾ, ਐਂਡ ਆਈ ਪ੍ਰੋਮਿਸ ਆਈ ਵਿਲ ਟ੍ਰਾਈ ਐਂਡ ਕੰਟੀਨਿਊ ਦਿਸ ਗੁੱਡ ਵਰਕ ਇਨ ਦ ਇੰਟਰਸਟ ਆਫ ਮਾਈ ਸਟੇਟ। ਸੋ ਆਉਣ ਵਾਲੇ ਸਮੇਂ 'ਚ ਫਿਰ ਇੱਕ ਵਾਰ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਲਾਈਕ ਮਾਈਂਡਡ ਚੰਗੇ ਕੁਛ ਲੋਕ ਨੇ ਜਿਹੜੇ
ਜਿਹੜੇ ਲੋਕ ਪੰਜਾਬ ਲਈ ਫਿਰ ਸੋਚਦੇ ਨੇ, ਜਿਹੜੇ ਆਪਣੇ ਸੂਬੇ ਨੂੰ ਠੀਕ ਰੱਖਣਾ ਚਾਹੁੰਦੇ, ਕਿਉਂਕਿ ਸੂਬਾ ਜਿਹੜਾ ਵਾ ਉਹ ਪਿਛਲੇ ਕਾਫੀ ਸਮੇਂ ਤੋਂ ਬੜੇ ਨਾਜ਼ੁਕ ਦੌਰ 'ਚੋਂ ਗੁਜ਼ਰਿਆ। ਜ਼ਿਆਦਾ ਗੱਲਾਂ ਨਾ ਮੈਂ ਕਰਾਂ ਤਾਂ ਇਕੱਲਾ ਨੌਜਵਾਨ ਹੀ ਸਾਡਾ ਸਾਰਾ ਇੱਥੋਂ ਵਿਦੇਸ਼ਾਂ ਵਿੱਚ ਚਲੇ ਗਿਆ, ਕੈਨੇਡਾ ਚਲੇ ਗਿਆ, ਆਸਟ੍ਰੇਲੀਆ ਚਲੇ ਗਿਆ, ਜਿੱਥੇ ਮਿਡਲ ਈਸਟ ਵਿੱਚ ਗਰੀਬ ਆਦਮੀ ਜਿੱਥੇ ਉਹਨਾਂ ਦਾ ਕੋਈ ਲੱਗਦਾ ਚਾਂਸ, ਕਿਉਂ ਜਾ ਰਹੇ ਨੇ? ਕਿਉਂਕਿ ਇੱਥੇ ਕੁਛ ਨਹੀਂ ਉਹਨਾਂ ਦੇ ਕੋਲ, ਦੇਰ ਇਜ਼ ਨੋ ਲਾਈਵਲੀਹੁੱਡ, ਦੇਰ ਇਜ਼ ਨੋ ਚਾਂਸ ਆਫ ਲਾਈਵਲੀਹੁੱਡ। ਇਹ ਸਾਰੀਆਂ ਗੱਲਾਂ ਹੋਰ ਬਹੁਤ ਨੇ, ਲੇਕਿਨ ਅੱਜ ਸ਼ਾਇਦ ਇੰਨਾ ਹੀ ਕਹਿਣਾ ਮੇਰਾ ਕਾਫੀ ਬਣਦਾ ਵਾ। ਤੋ ਇਹ ਤਿੰਨ ਇਸ਼ੂਜ਼ ਮੈਂ ਸਮਝਦਾ ਵਾਂ ਕਿ ਪੰਜਾਬ ਸਰਕਾਰ, ਰੈਲੇਵੈਂਟ ਅਥਾਰਟੀਜ਼ ਇਸ ਨੂੰ ਠੀਕ ਕਰਨ ਦਾ ਉਪਰਾਲਾ ਕਰਨਗੇ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ, ਔਰ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਆਪਾਂ ਸਾਰੇ ਇੱਕ ਦੂਜੇ ਨਾਲ ਜੁੜੇ ਰਹਾਂਗੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ।